ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਲਵਿੰਦਰ ਕੌਰ, ਕੌਰਸ ਕਲੈਕਸ਼ਨਸ ਵੱਲੋਂ ਫਿਰ ਤੁਹਾਡੇ ਲਈ ਕੁਝ ਹੈਂਡ ਪੇਂਟਡ ਸੂਟਸ ਔਰ ਕੁੜਤੀਆਂ ਲੈ ਕੇ ਆਈ ਹਾਂ। ਅਤੇ ਇਸ ਵਾਰੀ ਕੁਝ ਮੈਂ ਲੋਅ ਰੇਂਜ ਦੇ ਸੂਟਸ ਵੀ ਦਿਖਾਵਾਂਗੀ, ਜੋ ਕਿ ਮੈਂ ਬੜੇ ਟਾਈਮ ਤੋਂ ਆਪਣੇ ਕਸਟਮਰਸ ਨੂੰ ਕਹਿ ਰਹੀ ਸੀਗੀ। ਅਤੇ ਸ਼ੁਰੂਆਤ ਫਿਲਹਾਲ ਤਾਂ ਦੂਸਰੇ ਸੂਟਸ ਨਾਲ ਕਰਾਂਗੇ, ਕਿਉਂਕਿ ਜਿਹੜੇ ਬਣੇ ਹੋਏ ਨੇ ਚਲੇ ਜਾਣੇ ਆ ਸੂਟ, ਉਹ ਮੈਂ ਪਹਿਲਾਂ ਦਿਖਾ ਦਵਾਂ ਜਿਹੜੇ ਕਸਟਮਰ ਦੇ ਆਰਡਰ ਦੇ ਨੇ। ਬਹੁਤ ਹੀ ਸੋਹਣਾ ਪਿੰਕ ਕਲਰ, ਬ੍ਰਾਈਟ ਪਿੰਕ ਗੀਜ਼ਾ ਕੱਪੜਾ ਰਹੇਗਾ, 5 ਮੀਟਰ ਪੂਰਾ ਵੱਡਾ ਬੰਚ, ਨਿਓਨ ਪਿੰਕ ਦੇ ਨਾਲ ਪੇਂਟ ਆਏਗਾ। ਸਲੀਵਸ ਜਿਹੜਾ ਹੈ, ਇਹ ਸਲੀਵਸ ਹੋਣਗੀਆਂ, ਔਰ ਕਸਟਮਰ ਨੇ ਸਪੈਸ਼ਲੀ ਮੈਨੂੰ ਕਿਹਾ ਕਿ ਦੱਸਿਆ ਕਰੋ ਸਲੀਵਸ ਕਿਸ ਤਰਫ ਹੁੰਦੀਆਂ ਨੇ, ਅਤੇ ਮੈਂ ਦਿਖਾ ਦਿੰਦੀ ਹਾਂ। ਇਹ ਜਿਸ ਤਰ੍ਹਾਂ ਪੂਰਾ ਕੱਪੜਾ ਇੱਧਰੋਂ ਹੈ, ਇਹਦਾ ਸੈਕਿੰਡ ਐਂਡ ਇਹ ਵਾਲਾ ਹੈ, ਬਾਕੀ ਪੂਰਾ ਕੱਪੜਾ ਪਲੇਨ ਹੈ। ਹਮੇਸ਼ਾ ਇੱਕ ਸਾਈਡ 'ਤੇ ਮੇਨ ਡਿਜ਼ਾਇਨ ਆਏਗਾ ਔਰ ਉਹਦੇ ਬਿਲਕੁਲ ਅਦਰ ਐਂਡ 'ਤੇ ਜਿਹੜਾ ਹੈ ਸਲੀਵਸ ਆਉਣਗੀਆਂ। ਹਮੇਸ਼ਾ ਇਸੇ ਤਰ੍ਹਾਂ ਬਣਾਉਂਦੇ ਹਾਂ। ਜੇ ਕੰਟਰਾਸਟ ਵਿੱਚ ਹੋਏਗਾ ਸਲਵਾਰ ਅਲੱਗ ਔਰ ਸ਼ਰਟ ਅਲੱਗ, ਫਿਰ ਤੁਹਾਡੇ ਇੱਧਰ ਸਾਈਡ 'ਤੇ ਸਲੀਵਸ ਆ ਜਾਣਗੀਆਂ, ਕਿਉਂਕਿ ਉਹਦੇ ਵਿੱਚ ਇੰਨਾ ਫਿਰ ਕੱਪੜਾ ਪਿੱਛੇ ਨਹੀਂ ਹੁੰਦਾ ਕਿ ਸਲੀਵ ਜਿਹੜੀਆਂ ਦੂਸਰੇ ਪਾਸੇ ਬਣ ਸਕਣ। ਸੈਮੀ ਚਨੌਨ ਦਾ ਦੁਪੱਟਾ ਆਏਗਾ ਕਸਟਮਰ ਦੀ ਡਿਮਾਂਡ 'ਤੇ। ਚਾਰੋਂ ਪਾਸੇ ਸਕੈਲਪਿੰਗ ਹੈ, ਕੱਟਵਰਕ ਵੀ ਕਹਿ ਦਿੰਦੇ ਹੈ, ਔਰ ਪੂਰਾ ਇੱਕ ਵੱਡਾ ਬੰਚ ਸ਼ੁਰੂ ਹੋ ਕੇ ਇਸ ਕੋਰਨਰ 'ਤੇ ਔਰ ਇਧਰੋਂ ਦੀ ਇਸ ਕੋਰਨਰ 'ਤੇ, ਅੱਗੇ ਸੈਕਿੰਡ ਬੰਚ ਆ ਜਾਏਗਾ। ਬਿਲਕੁਲ ਨਵਾਂ ਡਿਜ਼ਾਈਨ ਹੈ, ਪੂਰਾ ਦੁਪੱਟਾ ਭਰਿਆ ਹੋਇਆ ਬਣਾਇਆ ਹੈ, ਬਹੁਤ ਸੋਹਣੇ ਲੋਕਾਂ ਦੇ ਦੁਪੱਟੇ ਦੀ। ਸਕੈਲਪਿੰਗ ਦੇ ਨਾਲ ਹੋਰ ਗ੍ਰੇਸ ਵੱਧ ਜਾਂਦੀ ਹੈ ਸੂਟ ਦੀ, ਜੇ ਤੁਹਾਨੂੰ ਪਸੰਦ ਆਉਂਦਾ ਹੈ। ਸਕਰੀਨਸ਼ੋਟ ਲੈ ਕੇ ਮੈਨੂੰ ਵਟਸਐਪ 'ਤੇ ਮੈਸੇਜ ਕਰ ਸਕਦੇ ਹੋ। ਜਦ ਤੱਕ ਤੁਸੀਂ ਮੈਨੂੰ ਫੋਟੋ ਨਹੀਂ ਭੇਜਦੇ, ਇਸ ਤਰ੍ਹਾਂ ਮੈਨੂੰ ਨਹੀਂ ਸਮਝ ਆਉਂਦਾ ਕਿ ਤੁਸੀਂ ਕਿਸ ਸੂਟ ਦੀ ਗੱਲ ਕਰ ਰਹੇ ਹੋ। ਇਸ ਕਰਕੇ ਸਕਰੀਨਸ਼ੋਟ ਲੈ ਲਓ, ਮੈਂ ਇਸ ਕਰਕੇ ਰੁਕਦੀ ਹਾਂ ਥੋੜ੍ਹੀ ਦੇਰ ਲਈ ਕਿ ਸਕਰੀਨਸ਼ੋਟ ਈਜ਼ੀਲੀ ਲੈ ਸਕੋ। ਔਰ ਸਕਰੀਨਸ਼ੋਟ ਇੱਦਾਂ ਲੈਣਾ ਕਿ ਉਸਦੇ ਸੂਟ ਦਿਖਾਈ ਦੇ, ਕਈ ਵਾਰੀ ਥੱਲੇ ਦੀ ਵੀਡੀਓ ਦਿਖ ਰਹੀ ਹੁੰਦੀ ਹੈ, ਸੂਟ ਨਹੀਂ ਦਿਖ ਰਿਹਾ ਹੁੰਦਾ। ਨੈਕਸਟ ਇੱਕ ਕਸਟਮਰ ਦਾ ਹੀ ਸੂਟ ਹੈ, ਉਹਨਾਂ ਨੇ ਦਿੱਤਾ ਸੀ ਸਿਰਫ ਪੇਂਟ ਕਰਨ ਲਈ। ਲਾਈਟ ਬਰਾਊਨ ਬੇਜ ਕਲਰ ਹੈ, 3 ਕਲਰਸ ਦੇ ਫੁੱਲ ਆ ਜਾਣਗੇ, ਮੈਰੂਨ, ਡਾਰਕ ਪਿੰਕ, ਲਾਈਟ ਪਿੰਕ, ਪੂਰਾ ਵੱਡਾ ਬੰਨ ਸੈਂਟਰ ਦੇ ਵਿੱਚ। ਸਲੀਵਸ ਆ ਜਾਣਗੀਆਂ ਸੈਕਿੰਡ ਅਦਰ ਕੋਰਨਰ 'ਤੇ। ਨਾਲ ਆਏਗਾ ਮਸਲੀਨ ਦਾ ਦੁਪੱਟਾ, ਆਲਰੇਡੀ ਜਿਹੜਾ ਕੱਟਵਰਕ ਹੋਇਆ ਹੋਇਆ ਉਹਦੇ 'ਤੇ। 2 ਵੱਡੇ ਬੰਚਸ ਇਸ ਕੋਰਨਰ 'ਤੇ, 2 ਵੱਡੇ ਬੰਚਸ ਇਸ ਕੋਰਨਰ 'ਤੇ, ਔਰ ਸੈਂਟਰ ਵਿੱਚ ਇਹ ਬੰਚ ਆ ਜਾਏਗਾ, ਜਿਹੜਾ ਕਿ ਜਦੋਂ ਤੁਸੀਂ ਲਓਗੇ ਤਾਂ ਸੂਟ ਦੀ ਲੁੱਕ ਇਹ ਆਏਗੀ। ਫਰੰਟ 'ਤੇ ਬਹੁਤ ਸੋਹਣਾ ਲੱਗਦਾ, ਇੱਕ ਵੱਡਾ ਬੰਚ, ਪੂਰੇ ਦੁਪੱਟੇ 'ਤੇ ਆਲਰੇਡੀ ਕੱਟਵਰਕ ਹੋਈ ਹੋਈ ਹੈ ਸੇਮ ਕਲਰ ਦੇ ਨਾਲ, ਪੂਰਾ ਫਿਨਿਸ਼ਡ ਦੁਪੱਟਾ ਹੈ। ਡਿਜ਼ਾਈਨ ਕਲਰ ਕੰਟਰਾਸਟ ਪਸੰਦ ਆਉਂਦਾ ਹੈ, ਸਕਰੀਨਸ਼ੋਟ ਲੈ ਸਕਦੇ ਹੋ, ਸੇਮ ਕਲਰ 'ਤੇ ਬਣ ਜਾਏਗਾ। ਵੈਸੇ ਇਹ ਕਸਟਮਰ ਦਾ ਸੂਟ ਹੈ। ਓਕੇ, ਹੁਣ ਕੁਝ ਕੁੜਤੀਆਂ ਦਿਖਾਉਣਾ ਚਾਹਵਾਂਗੀ। ਕਸਟਮਰ ਇਕੱਲੀ ਕੁੜਤੀ ਦੀ ਵੀ ਡਿਮਾਂਡ ਕਰਦੇ ਹਾਂ, ਕਿਉਂਕਿ ਕਈ ਵਾਰੀ ਬੋਟਮ ਉਹਨਾਂ ਕੋਲ ਹੁੰਦਾ ਹੈ। ਪੂਰਾ ਘੇਰੇ ਦੇ ਉੱਪਰ ਆਏਗਾ ਇਹ ਡਿਜ਼ਾਈਨ, ਇਹਦੇ ਵਿੱਚ ਸਲੀਵਸ ਨਹੀਂ ਹੁੰਦੀਆਂ। ਇੱਕ ਹੋਰ ਕੁੜਤੀ ਹੈ, ਬਲੈਕ ਕਲਰ ਹਮੇਸ਼ਾ ਚੱਲਦਾ ਹੈ ਸਰਦੀ ਗਰਮੀ, ਔਰ ਆਫ ਵਾਈਟ ਥੱਲੇ ਜਿਹੜੀ ਕੁੜਤੀ ਹੈ ਉਹਦੀ ਕੋਸਟ ਰਹੇਗੀ 750, ਇਹਦੀ ਕੋਸਟ ਰਹੇਗੀ 850, ਪੂਰਾ ਬੰਚ ਔਰ ਪੂਰੇ ਉਹਦੇ 'ਤੇ ਕਲੀਆਂ ਆਉਣਗੀਆਂ ਉੱਪਰ ਤੱਕ। ਇੱਥੇ ਨੈਕ ਬਣ ਜਾਏਗਾ ਆਫ ਵਾਈਟ ਦੇ ਨਾਲ, ਬਲੂ ਦਾ ਕੰਟਰਾਸਟ, ਬਹੁਤ ਹੀ ਸੋਹਣਾ ਕਲਰ ਕੰਟਰਾਸਟ ਹੈ। ਓਕੇ, ਇੱਕ ਕਸਟਮਰ ਦਾ ਆਇਆ ਸੀ, ਇਹ ਸ਼ਰਟ ਪੀਸ ਹੈ, ਕੁੜਤੀ ਨਹੀਂ ਹੈ,
पर डिज़ाइन बड़ा अच्छा लगा, मैं सोचा ये भी दिखा देनी है। मैं यह शर्ट पीस है, बहुत सोने बंचेस बने हैं, लाइट ग्रीन पिस्ता ग्रीन जो कलर है, पेस्टल शेड। इतने नेक बन जाएगा तो नेक दे एक साइड पर बनवाया है, शर्ट है इस करके देते स्लीव्स ते भी पूरा बड़ा बंच है, ऑरेंज येलो पिंक द कंट्रास्ट। यह सेम डिज़ाइन तुम जो सूट ते करवाते हो दुपट्टे ते भी हो जाएगा। ये सूट आएगा जाम कॉटन ते, ये विदाउट दुपट्टा आएगा, इन्हें ना दुपट्टा नहीं है, जो चाहोगे दुपट्टा बन जाएगा जाम कॉटन ते, पर्पल कलर का बहुत सोहना बंच बनया होया है। ये स्लीव्स दे ऊपर आ जाएगा। कल्ले सूट की कॉस्ट रहेगी 1300 रुपये, विदाउट दुपट्टा 1300। ओके, जो मैं हूँ किया सी कि लो रेंज दे मैं सूट दिखावांगी, स्पेशली कुछ बुटीक्स तो मैनू कॉल्स आ रही ने। डस्टी कलर है, मतलब पर्पल एक शेड है अलग जहा, स्लीव से आ जाएगा कम, ये पूरा घेरे ते वड्डा बंच आएगा, नियॉन पिंक वाइट पर्पल मिक्स शेड आनगे। कलर गर्मियों के सामने बहुत सोना है और जाम कॉटन कपड़ा रहेगा, फाइन नार मार्बल शिफॉन का दुपट्टा रहेगा, पूरे दुपट्टे ते वर्क आएगा, पूरा वड्डा बंच एक पास आ रहा है, सारे विच फुल आ जाएंगे छोटे, और पूरा वड्डा बंच इस पास आ रहा है। बहुत सोहनी लोकारी दुपट्टे दी मार्बल शिफॉन, नॉर्मल जो शिफॉन होंदा, बिल्कुल सॉफ्ट कपड़ा है। एदी कॉस्ट रहेगी 1500 रुपये, 1500 रुपये दे विच इन्ना कम हैंड पेंटेड सूट, बहुत रीजनेबल रेट रखे है। मैं सेम जरा डिज़ाइन है होर कलर्स से भी बन जाएगा, थोड़ा जहाँ चेंज करना चाहोगे चेंज होके बन जाएगा। नाउ ग्रे कलर दा प्योर कॉटन दा सूट आएगा, सेल्फ ये विच लाइन्स आन गियां, प्योर कॉटन कपड़ा है, डिज़ाइन बिल्कुल डिफरेंट रहेगा, देते थलों दी ऊपर तक एक पैटर्न फॉलो किया है, लाइट ग्रे दे नाल डार्क ग्रे वाइट दा कंट्रास्ट, स्लीव्स आ जाएंगियां, नाल हाफ प्योर दा दुपट्टा आ जाएगा, डबल डाई दुपट्टा हाफ प्योर दा, पूरे दुपट्टे ते सेम बंचेस पूरे सेंटर विच चलनगे। जे असी दुपट्टा इदा रख के दिखाइए तो पता लगेगा लुक इहदी जो आ रही है सूट दी। विचों डिज़ाइन दिखता होया, कॉस्ट रहेगी 1800, 1800 रुपये, डबल डाई दे नाल हाफ प्योर दुपट्टा और प्योर कॉटन है, सेल्फ लाइन्स जो जूम करके दिखाओ सेल्फ लाइन्स है, इहदे च प्लेन नहीं है कपड़ा। हुण गर्मियां दे विच ऑफ वाइट ऑलमोस्ट बनता ही बनता है, एक नवा डिज़ाइन नवा कलर कंट्रास्ट येलो ऑरेंज ऑफ वाइट दे ऊपर, सेंटर वाला बंच थोड़ा वड्डा, साइड्स दे बंच थोड़े जे छोटे, स्लीव्स ते आ जाएगा, नाल फिर तो हाफ प्योर दा ट्रिपल डाई दुपट्टा, एक तरह नाल ऑफ वाइट कलर हैगा ही है सेंटर दे विच और येलो और ग्रीन दा साइड ते बॉर्डर आ जाएगा टाई एंड डाई दा, और पूरा विच वर्क आएगा, स्लैंटिंग लाइन्स दे विच तिरछा जड़ा है पूरे वेला आन गया। बिल्कुल नवा डिज़ाइन फॉलो किया इस बारी, कोशिश मेरी होंगी दुपट्टे ते हर बारी कुछ नवा करा, येलो ऑरेंज दे नाल
ट्रिपल डाई दुपट्टा सेंटर विच ऑफ वाइट, बहुत सोनी लुक। हाफ प्योर द दुपट्टा, फाइन जाम कॉटन आएगी, 5 मीटर कपड़ा, कॉस्ट रहेगी 2000 रुपीस, 2000 रुपये। ये बच्ची जो तुम हाफ प्योर की जगह जरा मैं शिफोन का दुपट्टा कहा दिखाया है यह कर दौ तो होर कॉस्ट का फर्क पै जाएगा। तो उम्मीद है तुम्हें मेरा कलैक्शन पसंद आया होएगा। मेरे चैनल में लाइक सबसक्राइब और शेयर जरूर करना। थैंक यू वेरी मच। वाहगुरू जी का खालसा, वाहगुरू जी की फतेह।